ਸੁਨੀਲ ਤੇ ਦੂਜੇ ਪਾਸੇ ਪਵਨ। ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਮੈਦਾਨ ਦੇ ਵਿੱਚ। ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹਨਾਂ ਭਲਵਾਨਾਂ ਦੇ ਨਾਂ ਤੇ। ਇੱਕ ਪਾਸੇ ਸੁਨੀਲ ਤੇ ਦੂਜੇ ਪਾਸੇ ਪਵਨ, ਦੇਖਦੇ ਹਾਂ ਕੀ ਬਣੂ ਇਸ ਕੁਸ਼ਤੀ ਦਾ, ਦੇਖਦੇ ਹਾਂ ਕੀ ਬਣੂ ਇਸ ਕੁਸ਼ਤੀ ਦਾ। ਮੁਕਾਬਲਾ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ, ਮੁਕਾਬਲਾ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ। ਥਾਣੇਦਾਰ ਸਾਹਿਬ ਨੂੰ ਬੇਨਤੀ ਹੈ ਇਹਨੂੰ ਬਿਠਾਲ ਦਿਓ। ਭਲਵਾਨ ਜੀ ਉੱਠੋ ਇੱਧਰ ਪਲੀਜ਼। ਸੋ ਬਿਲਕੁਲ ਜਿਹੜਾ ਮੁਕਾਬਲਾ ਮੈਦਾਨ ਦੇ ਵਿੱਚ ਚੱਲ ਰਿਹਾ ਇਹ ਛੋਟੀ ਮਾਲੀ ਦਾ ਚੱਲ ਰਿਹਾ, ਇਸ ਤੋਂ ਬਾਅਦ ਬੜੀ ਮਾਲੀ ਪਈ ਹੈ। ਜਿਹੜੇ ਭਲਵਾਨਾਂ ਦੇ ਨਾਂ ਲਿਖੇ ਗਏ ਉਹ ਇਸ ਤੋਂ ਬਾਅਦ ਕੁਸ਼ਤੀ ਕਰਾਵਾਂਗੇ ਹੁਣ, ਕਿਉਂਕਿ ਚੌਧਰੀ ਸਾਹਿਬ ਵੱਲੋਂ ਹੁਕਮ ਸੀ ਕਿ ਜਿਹੜੀ ਛੋਟੀ ਮਾਲੀ ਉਹ ਕਰਵਾ ਦਿਓ ਤਾਂ ਜੋ ਦਰਸ਼ਕ ਵੀ ਸਵਾਦ ਲੈ ਸਕਣ, ਕਿਉਂਕਿ ਅੱਜ ਭਲਵਾਨ ਵੀ ਵੱਡੇ ਪਹੁੰਚੇ ਆ ਜਿਹੜੇ ਬਾਕੀ ਛੇ ਮੇਲਿਆਂ ਵਿੱਚ, ਉੱਥੋਂ ਭਲਵਾਨ ਸਾਡੇ ਕੋਲ ਪਹੁੰਚ ਗਿਆ। ਬਾਬਾ ਜੀ ਬਹਿ ਜਾ, ਹੁਣ ਤਾਂ ਕਮੇਟੀ ਗੁੱਸਾ ਕਰਦੀ ਹੈ। ਅਸੀਂ ਕੁਸ਼ਤੀ ਦੇਖਣੀ ਹੈ ਕਿ ਤੁਹਾਡੀ ਦੌੜੇ ਦੇਖੀ ਜਾਣੀ ਹੈ? ਬਾਬਾ ਜੀ ਆਰਾਮ ਨਾਲ ਬੈਠੋ, ਹੁਣ ਅਸੀਂ ਕੁਸ਼ਤੀ ਦੇਖਣੀ ਹੈ। ਹੁਣ
ਸੰਦੀਪ ਦੇ ਨਾਲ ਪਵਨ ਦੇ ਵਿੱਚ ਮੁਕਾਬਲਾ ਚੱਲਦਾ ਹੋਇਆ। ਵਾਹ ਵੇ ਵਾਹ ਪਵਨ, ਮੁਕਾਬਲਾ ਆਰ ਪਾਰ ਦਾ, ਮੁਕਾਬਲਾ ਜਿੱਤ ਹਾਰ ਦਾ। ਧੰਨਵਾਦ ਕਰਦੇ ਹਾਂ ਅੰਦਰਲੇ ਪਾਸੇ ਠਾਕੁਰ ਸਾਹਿਬ ਬੈਠੇ ਆ, ਉਹਨਾਂ ਵੱਲੋਂ 150 ਟਰਾਲੀ ਦੀ ਸੇਵਾ ਕੀਤੀ ਗਈ ਇਸ ਮੈਦਾਨ ਦੀ। ਛਿੰਝ ਕਮੇਟੀ ਨੂੰ ਵੀ ਲੱਖ ਲੱਖ ਮੁਬਾਰਕਬਾਦ ਹੈ ਜਿਨ੍ਹਾਂ ਨੇ ਬਹੁਤ ਵਧੀਆ ਮੈਦਾਨ ਤਿਆਰ ਕਰ ਦਿੱਤਾ ਹੈ ਇਸ ਸਾਲ, ਕਿਉਂਕਿ ਹਰ ਸਾਲ ਬੈਠਣ ਦੀ ਪ੍ਰੋਬਲਮ ਆ ਦਿੱਤੀ। ਇਸ ਵਾਰ ਬਹੁਤ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਤਿਆਰ ਕਰ ਦਿੱਤਾ ਹੈ। ਸੋ ਇਧਰਲੇ ਪਾਸੇ ਸੁਨੀਲ ਜਿਹਨੂੰ ਝੱਲਾ ਕਹਿੰਦੇ ਆ ਭਲਵਾਨ ਨੂੰ, ਜਿਸ ਭਲਵਾਨ ਨੇ ਪ੍ਰਿਤਪਾਲ ਨੂੰ ਚਿੱਤ ਕੀਤਾ ਹੈ, ਤੇ ਦੂਜੇ ਪਾਸੇ ਪਵਨ ਬਦਲ ਗੁੱਦ ਮੇ ਹਿੱਕਾਂ ਵਿੱਚ ਜਾ ਨੰਨੀ ਨਾਲ ਜੋਸ਼ ਦੇ ਡੋਲੇ ਫੜਕਦੇ ਨੇ। ਜਦੋਂ ਸ਼ੇਰਾਂ ਦਾ ਮਿੱਤਰੋ ਯੁੱਧ ਹੁੰਦਾ ਖੰਡੇ ਵਿੱਚ ਮੈਦਾਨ ਦੇ ਖੜਕਦੇ ਨੇ, ਕੋਈ ਢਾਕ ਮਾਰੇ ਕੋਈ ਮਾਰੇ ਧੋਬੀ, ਕੋਈ ਸੁੱਟ ਕੇ ਕੁੰਡਾ ਪਾ ਲੈਂਦਾ, ਜ਼ੋਰ ਵਾਲਿਆ ਗੈਲ ਮਜਾਰੀ ਵਾਲਿਆ ਗੋਡਾ ਰੱਖ ਕੇ ਧੋਣ ਤੇ ਢਾ ਲੈਂਦਾ, ਗੋਡਾ ਰੱਖ ਕੇ ਧੋਣ ਤੇ ਢਾ ਲੈਂਦਾ। ਬਿਲਕੁਲ ਕਹਿੰਦੇ ਮੁਕਾਬਲਾ ਚੱਲਦਾ ਹੋਇਆ ਛੋਟੀ ਮਾਲੀ ਦਾ, ਇੱਕ ਪਾਸੇ ਪਵਨ, ਪਵਨ ਦੇ ਨਾਲ ਫਿਰ ਕਹਿੰਦੇ ਸੁਨੀਲ, ਐਨੀ ਡੋਲਿਆ ਚ ਜਾਨ ਥੰਮ ਦੇਈ ਦਾ ਤੂਫਾਨ, ਬਰ ਜਾਂਦੇ ਆ ਬਦਲ ਮੰਗੋ ਨਹੀਂ ਉਹ ਗੱਜਦੇ, ਜਿੱਥੋਂ ਲੰਘੀ ਦਾ ਐਵੇਂ ਨੀ ਲੋਕੀ ਰਾਹ ਛੱਡਦੇ, ਐਵੇਂ ਨੀ ਲੋਕੀ ਰਾਹ ਛੱਡਦੇ। ਸੋ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਕਰਮਚੰਦ ਜੀ ਮੈਣੀਵਾਲ ਵਾਲਿਆਂ ਦਾ, ਉਹਨਾਂ ਵੱਲੋਂ 1100, ਜੀਤ ਰਾਮ ਜੀ ਵੱਲੋਂ ਵੀ 1100 ਰੁਪਈਆ। ਜੀਤ ਰਾਮ ਜੀ ਵੱਲੋਂ 1100 ਰੁਪਈਆ, ਤਾਰਾ ਚੰਦ ਜੀ ਸਾਡੇ ਨਰੇਸ਼ ਚੌਧਰੀ ਦੇ ਪਿਤਾ ਜੀ ਨੇ, ਉਹਨਾਂ ਵੱਲੋਂ 5600 ਰੁਪਈਆ। ਨਿਰਮਲ ਸਿੰਘ ਜੀ ਮੈਣੀਵਾਲ ਵੱਲੋਂ 1100 ਰੁਪਈਆ, ਨਾਲ ਹੀ ਸਾਡੇ ਪੂਰਵ ਪ੍ਰਧਾਨ ਓਮ ਪ੍ਰਕਾਸ਼ ਜੀ ਵੱਲੋਂ 2100 ਰੁਪਈਆ, ਹਾਕਮ ਰਾਮ ਜੀ ਪਟੇੜਾ ਵੱਲੋਂ 2100 ਰੁਪਈਆ, ਗੁਰਮੇਲ ਮਾਸਟਰ ਜੀ ਪਟੇੜਾ ਵੱਲੋਂ 1100 ਰੁਪਈਆ, ਸਾਡੇ ਜਸਪਾਲ ਜੀ ਵੱਲੋਂ 1100 ਰੁਪਈਆ, ਨਰੇਸ਼ ਕੁਮਾਰ ਜੀ ਵੱਲੋਂ 2100 ਰੁਪਈਆ, ਜਸਕਰਨ ਜੀ ਵੱਲੋਂ 2100 ਰੁਪਈਆ, ਤਾਰਾ ਚੰਦ ਜੀ ਵੱਲੋਂ 2100 ਰੁਪਈਆ, ਸਾਡੇ ਲਾਲ ਜੀ ਨਵਾਂ ਗ੍ਰਾਮ ਵਾਲੇ ਇਹਨਾਂ ਵੱਲੋਂ 1000 ਰੁਪਈਆ, ਪਵਨ ਪਟੇੜਾ ਜੀ ਵੱਲੋਂ 1100 ਰੁਪਈਆ, ਰਾਮਦਾਸ ਜੀ ਵੱਲੋਂ 1000, ਵੀਰ ਚੰਦ ਜੀ ਵੱਲੋਂ 1100 ਰੁਪਈਆ, ਰਾਮਪਾਲ ਜੀ ਵੱਲੋਂ 1100 ਰੁਪਈਆ, ਪਿਆਰੇ ਲਾਲ ਜੀ ਵੱਲੋਂ 1100 ਰੁਪਈਆ, ਗੰਡੂ ਰਾਮ ਜੀ ਵੱਲੋਂ 1205, ਕਮਲ ਜੀ ਵੱਲੋਂ 1100 ਰੁਪਈਆ, ਲਕਸ਼ਮਣ ਦਾਸ ਜੀ ਵੱਲੋਂ 2200 ਰੁਪਈਆ, ਕਰਮਚੰਦ ਜੀ ਵੱਲੋਂ 1000 ਰੁਪਈਆ, ਜਾਗਰ ਰਾਮ ਜੀ ਵੱਲੋਂ 2200 ਰੁਪਈਆ, ਕੁਲਦੀਪ ਸਿੰਘ ਜੀ ਰਾਮ ਪ੍ਰਕਾਸ਼ 2200 ਰੁਪਈਆ, ਰੋਸ਼ਨ ਲਾਲ ਜੀ ਵੱਲੋਂ 1400 ਰੁਪਈਆ, ਰਾਮ ਸਰੂਪ ਜੀ ਸਾਡੇ ਪਟੇੜਾ ਵਾਲਿਆਂ ਵੱਲੋਂ 3200 ਰੁਪਈਆ, ਭਾਗਾ ਜੀ ਪਟੇੜਾ ਵੱਲੋਂ 3100 ਰੁਪਈਆ, ਸੋਨੂ ਸ਼ਰਮਾ ਜੀ ਵੱਲੋਂ 2100 ਰੁਪਈਆ, ਕਰਮਚੰਦ ਜੀ ਪਟੇੜਾ 1100 ਰੁਪਈਆ, ਜੱਗਾ ਰਾਮ ਜੀ ਪਟੇੜਾ 1100 ਰੁਪਈਆ। ਧੰਨਵਾਦ ਕਰਦੇ ਨਾ ਸਾਰੇ ਦਾਨੀ ਵੀਰਾਂ ਦਾ। ਨਾਲ ਹੀ ਲਾਭ ਸਿੰਘ ਜੀ ਵੱਲੋਂ 200 ਰੁਪਈਆ, ਸ਼੍ਰੀਮਤੀ ਕਮਲਾ ਦੇਵੀ ਜੀ ਵੱਲੋਂ 100, ਗੁਰਚਰਨ ਸਿੰਘ ਜੀ ਵੱਲੋਂ 100, ਪ੍ਰਕਾਸ਼ ਚੰਦ ਜੀ ਪੰਜਾਰਾ ਵੱਲੋਂ ਵੀ 200 ਰੁਪਈਆ। ਵਾਹ ਵੇ ਵਾਹ, ਇੱਧਰਲੇ ਪਾਸੇ ਸੁਨੀਲ ਜੇਤੂ ਹੈ, ਤਾੜੀਆਂ ਖੁੱਲ੍ਹ ਕੇ ਮਾਰ ਦਿਓ, ਬੇਨਤੀ ਹੈ ਤਾੜੀਆਂ ਖੁੱਲ੍ਹ ਕੇ।